लुधियाना जिले का पिंड किला रायपुर जिथों के वसनीक सरदार बलविंदर सिंह गरेवाल सरदार अमरदीप सिंह गरेवाल जो कि मीत प्रधान पंजाब यूथ अकाली दल वजो इलाके विच विचर रहे हैं सरदार गुरमुख सिंह कैनेडा अते समूह गरेवाल परिवार वालों माता सुरजीत कौर गरेवाल की याद विच धन धन श्री गुरु ग्रंथ साहब जी का ओट आसरा लेंदे हुए एक धार्मिक समागम करवाया गया जिस विच प्रसिद्ध सूफी गायक कनवर गरेवाल अते उन्हां दी पूजनीक माता जी वालों गुरु जस करके आईया संगतां नूं जिंदगी दीआं सच्चाईआं तों जाणू करवाया। पेश है इस दी खास रिपोर्ट।
ਕਰਾਇਆ ਹੈ ਤੁਹਾਨੂੰ ਪਤਾ ਹੋਣਾ ਇਹ ਤੁਸੀਂ ਕਿਸੇ ਨੂੰ ਕਿਹਾ ਜਾਂ ਆਪਣੇ ਆਪ ਨੂੰ ਕਿਹਾ ਗਾਇਆ ਤਾਂ ਬਹੁਤ ਸੋਹਣਾ ਜਿੱਦਾਂ ਦਾ ਸਾਨੂੰ ਗੁਰੂ ਨੇ ਆਵਾਜ਼ ਦਿੱਤੀ ਅਸੀਂ ਬੋਲੇ ਕਿ ਐਸਾ ਸਮਾਂ ਸਾਨੂੰ ਫੇਰ ਨਾ ਮਿਲੇਗਾ ਕਿ ਅਸੀਂ ਆਪਣੇ ਆਪ ਨੂੰ ਕਿਹਾ ਜਾਂ ਨਾਲ ਵਾਲਿਆਂ ਨੂੰ ਸੁਣਾ ਲਿਆ ऐसा समय मतलब मैं हमने कह दिया क्योंकि इस तो एक सेकंड अगला समय नहीं पता जिधर मूल समय साढ़े बोले हैं एक ऐसे फिर मिले कि इतना एक अच्छे दरबार बैठे हुए साफ सुथरी जगह गुरुजी का प्रकाश और प्यारे बैठे मिलना नहीं करनी है जी ऐसा समय साल नहीं मिलेगा फिर इसको कुछ लाभ ਪਹਿਲਾਂ ਤਾਂ ਤੁਹਾਡਾ ਪਤਾ ਹੀ ਹੈ ਤੁਹਾਨੂੰ ਕਿ ਕੁਝ 10-20-30-40-50 ਸਾਲਾਂ ਦਾ ਤੁਹਾਡਾ ਰਿਕਾਰਡ ਫੀਡ ਹੈ ਅੰਦਰ ਉਹਦੇ ਨਾਲ ਆਏ ਨਹੀਂ ਕਰਨਾ ਉਹਦੇ ਨਾਲ ਆਏ ਨਹੀਂ ਕਰਨਾ ਉਹਦੇ ਜਾਣਾ ਉਹਦੇ ਨਹੀਂ ਜਾਣਾ ਉਹਨੇ ਮੈਨੂੰ ਆ ਕਿਹਾ ਸੀ ਉਹਨੇ ਮੈਨੂੰ ਆ ਕਿਹਾ ਸੀ ਇਹ ਤਾਂ ਨਹੀਂ ਪਤਾ ਮੈਂ ਕਿਸੇ ਨੂੰ ਕੀ ਕਿਹਾ ਇਹ ਕਿਸੇ ਨੂੰ ਨਹੀਂ ਪਤਾ ਹੋਣਾ ਉਹ ਤੁਹਾਡਾ ਪਾਸਟ ਹੈ ਆਉਣ ਵਾਲਾ 1 ਮਿੰਟ ਤੁਹਾਨੂੰ ਨਹੀਂ ਪਤਾ ਕਿ ਤੁਹਾਡਾ ਕਿੰਨੀ ਜਾਣਾ ਕੁਛ ਵੀ ਹੋ ਸਕਦਾ ਹੈ ਕਿਉਂਕਿ ਸਾਨੂੰ ਕਰਨ ਕਰਨ ਵੇਲੇ ਜਿਵੇਂ ਹੁਣ ਮੱਥਾ ਟੇਕਣ ਵੇਲੇ ਸਾਨੂੰ ਥੋੜ੍ਹੀ ਪਤਾ ਸੀ ਅਸੀਂ ਗੁਰੂ ਜੀ ਨੂੰ ਮੱਥਾ ਟੇਕਿਆ ਬਸ ਠੀਕ ਹੈ ਇਸੇ ਤਰ੍ਹਾਂ ਕਿੰਨੇ ਅੱਛੇ ਮਾੜੇ ਚੰਗੇ ਜਾਂ ਬੁਰੇ ਕਰਨ ਕੀਤੇ ਸਾਨੂੰ ਕੁਛ ਨਹੀਂ ਪਤਾ ਕੰਪਿਊਟਰ ਚ ਵੀ ਹੈ ਜਿਵੇਂ ਜਿਵੇਂ ਉਸਨੂੰ ਦੇਖੋ ਪਰ ਇਸ ਵੇਲੇ ਤੁਹਾਨੂੰ ਕੋਈ ਕਮੀ ਨਹੀਂ ਛੱਡੀ ਪਰ ਥੋੜ੍ਹਾ ਕੰਮ ਕੀ ਤੁਸੀਂ ਦੇਖ ਰਹੇ
ਸਾਡੇ ਇਲਾਕੇ ਦੇ ਐਮਐਲਏ ਸਾਹਿਬ ਸਰਦਾਰ ਦਰਸ਼ਨ ਸਿੰਘ ਜੀ ਸ਼ਿਮਾਲ ਆਏ। ਇਸ ਤੋਂ ਪਹਿਲਾਂ ਰਾਜੀ ਸਿੰਘ ਨੇ ਵੀ ਬਰਾਬਰ ਕੀਰਤਨ ਕਰਕੇ ਪਰਿਵਾਰ ਨੂੰ ਅਤੇ ਸੰਗਤਾਂ ਨੂੰ ਗੁਰੂ ਦੀ ਬਾਣੀ ਨਾਲ ਜੋੜ ਕੇ ਪਰਿਵਾਰ ਅਤੇ ਸੰਗਤਾਂ ਦੇ ਦੁੱਖ ਭਰਾਉਣ ਦਾ ਯਤਨ ਕੀਤਾ ਹੈ। ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਪਰਿਵਾਰ ਨਾਲ ਦੁੱਖ ਸ਼ਰੀਕ ਹੁੰਦਾ ਹੋਇਆ ਬਹੁਤ ਧੰਨਵਾਦੀ ਆ ਉਹਨਾਂ ਉਸ ਮਾਤਾ ਦਾ ਜਿਹਨਾਂ ਨੇ ਸਾਨੂੰ ਕੀਰਤਨ ਨਾਲ ਬੜੇ ਚੰਗੇ ਸ਼ਬਦਾਂ ਨਾਲ ਜੋੜ ਕੇ ਇੱਕ ਰਸ ਜੀਵਨ ਲਈ ਪ੍ਰੇਰਨਾ ਦਿੱਤੀ ਹੈ ਔਰ ਮਾਤਾ ਜੀ ਦਾ ਵੀ ਜਿਹੋ ਜਿਹਾ ਸੁਭਾਅ ਸੀ ਉਹੀ